ਬਈ ਲੋਕ ਬਾਹਰ ਨੂੰ ਜਾ ਰਹੇ ਆ ਹਨਾ, ਤੁਸੀਂ ਰੁਜ਼ਗਾਰ ਬਣਾਇਆ ਸੀ ਆਪਦਾ ਹਨਾ, ਇੱਕ ਤਰ੍ਹਾਂ ਦੀ ਰੋਜੀ ਰੋਟੀ ਸੀ ਤੇ ਉਹ ਰੋਜੀ ਰੋਟੀ ਖੋਹ ਲਈ ਰੱਬ ਨੇ ਕਹੀ ਤਾਂ ਹਨਾ ਭਾਈ। ਤੁਸੀਂ ਦੇਖ ਸਕਦੇ ਹੋ ਭਰਾ ਭਾਵਕ ਹੋ ਗਿਆ ਇਹ ਤਾਂ ਅਸੀਂ ਆਪਦੀ ਜਿਹੜੀ ਸਾਡੀ ਯੂਨੀਅਨ ਬਣੀ ਹੋਈ ਹੈ ਉਹਦੇ ਤੌਰ 'ਤੇ ਅਸੀਂ ਆਏ ਹਾਂ ਕਿ ਇਹਨਾਂ ਨੂੰ ਗੱਲਾਂ ਸ਼ੇਅਰ ਦੇਣ ਦੀ ਖਾਤਰ। ਅਤੇ ਬਾਕੀ ਬਾਈ ਲੋਕ ਦੇ ਦੁੱਖ ਸਵਾਲ ਆ ਤਾਂ ਜਵਾਬ ਦੇਵਾਂਗੇ ਕਰਨਾ ਸਮਾਜ ਦੇ। ਕੱਲ੍ਹ ਕਿੰਨੇ ਕੁ ਵਜੇ ਕਰਨਾ ਵਾਪਰ ਕੇ ਸਾਰਾ ਬਣਵਾਇਆ ਇਹ ਬਾਈ? ਕੋਈ 4 ਵਜੇ ਲਗਭਗ 4:30 ਵੰਡਰ ਆਇਆ ਬਾਈ। ਆਮ ਆਪਾਂ ਦੇਖਦੇ ਹਾਂ ਜਿਹੜਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਦਾ ਵਾਪ ਰੋਲਾ ਜਿਹੜਾ ਉੱਠਦਾ ਹੈਗਾ ਉਹ ਸਾਰਾ ਕੁਝ ਉਡਾ ਕੇ ਲੈ ਜਾਂਦਾ। ਉਹੀ ਚੀਜ਼ ਬਈ ਇੱਥੇ ਕੱਲ੍ਹ ਹਾਦਸਾ ਜਿਹੜਾ ਵਾਪਰਿਆ ਸਾਡੇ ਫਾਰਮਰ ਭਰਾ ਨਾਲ ਅਤੇ ਪਿੰਡ ਕੋਠਾ ਗੁਰੂ ਦੇ ਵਿੱਚ ਜਿਹੜਾ ਭਾਰੀ ਨੁਕਸਾਨ ਹੋਇਆ ਹੈਗਾ ਜ਼ਿਲ੍ਹਾ ਬਠਿੰਡਾ 'ਚ। ਕਿੰਨੇ ਕੁ ਬਈ ਹੈਗੇ ਸੀਗੇ ਇੱਥੇ ਪੋਲਟਰੀ 'ਚ ਆਪਣੇ ਬੱਚੇ? ਇਹ ਬਾਈ 5200 ਬੱਚੇ ਦਾ ਫਾਰਮ ਸੀਗਾ ਅਤੇ ਤਕਰੀਬਨ ਕਹਿ ਲਓ ਵੀ ਸਾਡਾ ਜਿਹੜਾ ਨੁਕਸਾਨ ਹੈਗਾ ਜੇ ਆਪਾਂ ਨੁਕਸਾਨ ਨੂੰ ਦੇਖੀਏ ਤਾਂ ਕੋਈ 25-30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈਗਾ ਮੁੰਡੇ ਦਾ। ਕਿੰਨੇ ਜਾਨਵਰ ਮਰ ਗਏ ਜਾਂ ਕਿੰਨੇ ਕੁ ਬੱਚੇ? ਦੇਖੋ ਬਾਈ ਲੱਗੇ ਹੋਏ ਆ ਤਾਂ ਹੁਣ ਵੀ ਕੱਢੀ ਜਾਂਦੇ ਹੈਗੇ ਪਰ ਅੱਧੋ ਸੁੱਧਾ ਤਾਂ ਨੁਕਸਾਨ ਆ। ਨੁਕਸਾਨ ਤਾਂ ਬਾਈ ਸਾਰਾ ਹੀ ਹੈ ਵੈਸੇ, ਇਹਦਾ ਤਾਂ ਸਾਰਾ ਹੀ ਹੈ। ਇਹ ਤਾਂ ਹੁਣ ਬਸ ਇਹ ਹੈ ਵੀ ਚਲੋ ਇਹਨਾਂ ਦੀ ਜੇ ਜਾਨ ਵਿਚਾਰੇ ਜਾਨਵਰ ਆ ਹਨਾ, ਇਹਨਾਂ ਦੀ ਜਾਨ ਬਚੇ ਇਹਦਾ ਮਿਲਣਾ ਮਿਲਾਉਣਾ ਤਾਂ ਕੀ ਹੈਗਾ ਕਿਉਂਕਿ ਇਹ ਲਗਭਗ 1 ਕਿਲੋ ਦਾ ਬੱਚਾ ਹੈਗਾ ਅਤੇ ਜਿਹੜਾ ਸੇਲ ਹੁੰਦਾ 2 ਕਿਲੋ ਦਾ ਹੋ ਜਾਂਦਾ। ਹੁਣ ਤਾਂ ਇਹ ਵੀ ਜੇ ਚਲੋ ਇਹਨਾਂ ਨੂੰ ਸਾਂਭ ਲਓ ਤਾਂ ਦੇਖੂਗਾ ਬਸ। ਅਤੇ ਕਿੰਨਾ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜੀ ਇਹ ਪੋਲਟਰੀ ਫਾਰਮ? ਇਹ ਬਾਈ ਇਹਦਾ 5ਵਾਂ ਪੂਸ ਗਿਆ ਸ਼ੁਰੂ, ਸਾਲ ਪੂਰਾ ਹੋਇਆ ਨਹੀਂ ਸੀਗਾ। ਬਿਲਕੁਲ ਬਾਈ ਜੀ, ਅਸੀਂ ਤਾਂ ਹੱਥ ਜੋੜ ਕੇ ਸਾਡੇ ਜਿਹੜੇ ਮੌਕੇ ਦੇ MLA ਸਾਹਿਬ ਬਲਕਾਰ ਸਿੰਘ ਸਿੱਧੂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਅਸੀਂ ਵੀ ਇਹਦੇ ਨਾਲ ਜੋ ਵੀ ਨੁਕਸਾਨ ਹੋਇਆ ਹੈਗਾ ਕਿਉਂਕਿ ਆਪਾਂ ਸਹਾਇਕ ਧੰਦੇ ਬਾਰੇ ਕਹਿੰਦੇ ਹੈਗੇ ਵੀ ਜਿਹੜੇ ਸਹਾਇਕ ਧੰਦਿਆਂ ਦੇ ਨਾਲ ਜੁੜਿਆ ਜਾਵੇ ਅਤੇ ਨੌਜਵਾਨੀ ਬਾਹਰ ਨੂੰ ਜਿਹੜੀ ਕੂਚ ਕਰ ਰਹੀ ਆ ਉਹ ਇੱਥੇ ਰਹਿ ਕੇ ਕੰਮ ਕਰੇ ਅਤੇ ਨੌਜਵਾਨ ਨੇ ਉਹ ਪੈੜਾਂ 'ਤੇ ਤੁਰਨ ਦੀ ਕੋਸ਼ਿਸ਼ ਕਰੀ ਸੀਗੀ ਵੀ ਆਪਦਾ ਸਹਾਇਕ ਧੰਦਾ ਅਪਣਾਇਆ ਸੀਗਾ ਜ਼ਿਮੀਂਦਾਰੀ ਸਿਸਟਮ ਦੇ ਨਾਲ ਨਾਲ ਅਤੇ ਵਧੀਆ ਜਿਹੜਾ ਆਪਦਾ ਇਮਾਨਦਾਰੀ ਦੇ ਨਾਲ ਸਹਾਇਕ ਧੰਦੇ ਦਾ ਸਹਾਰਾ ਲੈ ਕੇ ਆਪਦੀ ਰੋਜ਼ੀ ਰੋਟੀ ਕਮਾ ਰਿਹਾ ਸੀਗਾ। ਤਾਂ ਅਸੀਂ DC ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਮੌਕੇ 'ਤੇ ਆ ਕੇ ਇਹਦਾ ਜਾਇਜ਼ਾ ਕਰਕੇ ਅਤੇ ਜਿਉਂ ਇਹਦਾ ਬਣਦਾ ਹੱਕ ਹੈਗਾ ਇਹ ਨੌਜਵਾਨ ਦਿੱਤਾ ਜਾਵੇ। ਲਗਭਗ 24 ਘੰਟੇ ਹੁਣ ਆਏ ਅਤੇ ਕੋਈ ਅਧਿਕਾਰੀ ਜਾਂ MLA ਸਾਹਿਬ ਆਏ? ਬਾਈ ਜੀ ਦੇਖੋ ਚਾਰੇ ਪਾਸੇ ਵੈਸੇ ਗੇੜਾ ਮਾਰ ਗਿਆ MLA ਸਾਹਿਬ, ਪਤਾ ਨਹੀਂ ਕਿਉਂ ਵੀ ਇੱਥੇ ਕਿਉਂ ਨਹੀਂ ਆਇਆ ਗਿਆ ਜਾਂ ਤਾਂ ਖੇਤਾਂ ਦੇ ਵਿੱਚ ਜਾਂ ਨਹੀਂ ਉਹਨਾਂ ਨੂੰ ਪਤਾ ਲੱਗਿਆ ਹੋਣਾ। ਅਤੇ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਦੁੱਖ ਸਭ ਦਾ ਵੱਡੇ ਦਾ ਛੋਟੇ ਦਾ ਸਭ ਦਾ ਬਰਾਬਰ ਆ ਹਨਾ, ਜੇ ਉਹ ਸੈਲਰ ਦੇ ਵਿੱਚ ਉਹ ਆ ਸਕਦੇ ਆ ਤਾਂ ਉੱਥੋਂ ਇਹ ਫਾਰਮ ਦੀ ਵੀ ਗੱਲ ਵੀ ਹੋਈ ਹੋਊਗੀ ਅਤੇ ਅਸੀਂ ਵੀ ਉਹਨਾਂ ਤੱਕ ਪਹੁੰਚ ਕਰਾਂਗੇ। ਜਦੋਂ ਅਸੀਂ ਇਹ ਚੀਜ਼ ਨੂੰ ਸਮੇਟ ਲਿਆ ਸਾਰਾ ਕਰ ਲਿਆ ਤਾਂ ਅਸੀਂ ਹੋ ਸਕਦਾ ਵੀ ਆਪਦੀ ਜਥੇਬੰਦੀ ਦੇ ਤੌਰ 'ਤੇ ਜਿਹੜੀ ਸਾਡੀ ਯੂਨੀਅਨ ਬਣੀ ਹੋਈ ਹੈ ਜੀ ਪੋਲਟਰੀ ਫਾਰਮ ਦੀ ਉਹਦੇ ਤੌਰ 'ਤੇ DC ਸਾਹਿਬ ਨੂੰ ਵੀ ਮਿਲ ਗਏ ਅਤੇ MLA ਸਾਹਿਬ ਨੂੰ ਮਿਲ ਗਏ। ਕਿਉਂਕਿ ਹਜੇ 1 ਸਾਲ ਹੋਇਆ ਨਹੀਂ ਸੀਗਾ ਸੈੱਡ ਬਣੇ ਨੂੰ, ਹਜੇ ਤਾਜ਼ਾ ਕੰਮ ਚੱਲਿਆ ਸੀਗਾ, ਵਧੀਆ ਬਾਈ ਮਿਹਨਤ ਕਰਦਾ ਸੀਗਾ, ਸਾਨੂੰ ਮਿਲਦਾ ਸੀ ਵੀ ਫਾਰਮਰ ਹੀ ਆ। ਅਸੀਂ ਕੱਲ੍ਹ ਵੀ ਰਾਤੀਂ ਆਏ ਹਾਂ, ਕੱਲ੍ਹ ਸ਼ਾਮ ਤੋਂ ਇੱਥੇ ਲੱਗੇ ਹੋਏ ਹਾਂ ਅਤੇ ਰਾਤ ਵੀ ਇੱਥੇ ਲੰਘੀ ਆ, ਹੁਣ ਦੁਬਾਰਾ ਫਿਰ ਆਏ ਹਾਂ। ਅਤੇ ਸਭ ਤੋਂ ਵੱਡੀ ਅਪੀਲ ਤਾਂ ਸਾਡੀ ਸਰਕਾਰ ਨੂੰ ਹੀ ਆ ਨਾ ਵੀ ਉਹ ਆ ਕੇ ਜਾਇਜ਼ਾ ਲੈਣ ਅਤੇ ਮਤਲਬ ਜਿਹੜਾ ਨੌਜਵਾਨੀ ਸਹਿ ਕਿੱਤਾ ਚਲਾਉਂਦੇ ਆ ਉਹਦੀ ਹੈਲਪ ਕਰਨ ਤਾਂ ਕਿ ਹੋਰ ਵੀ ਲੋਕ ਕਰ ਸਕਣ ਦੇਖ ਕੇ, ਅਤੇ ਨਹੀਂ ਤਾਂ ਫਿਰ ਆਹ ਚੀਜ਼ਾਂ ਦੇਖ ਕੇ ਸਭ ਪਿੱਛੇ ਖਿੱਚ ਲੈਣਗੇ ਪੈਰ ਹੈ ਨਾ। ਬਿਲਕੁਲ ਬਿਲਕੁਲ, ਵਾਰ ਦਾ ਲੱਗਿਆ ਵਾ ਧੱਕਾ ਦੁਬਾਰਾ ਬੰਦੇ ਨੂੰ ਉੱਠਣਾ ਬਹੁਤ ਔਖਾ ਗਾ। ਬਾਕੀ ਅਸੀਂ ਆਪਦੇ ਯੂਨੀਅਨ ਤੌਰ 'ਤੇ ਫਾਰਮਾਂ ਦੇ ਉਹ ਵੀ ਅਸੀਂ ਹੈਲਪ ਕਰਾਂਗੇ ਬਾਈ ਦੀ, ਖੜੇ ਹਾਂ ਇੱਥੇ ਨਾਲ ਅਤੇ ਮੇਨ ਸਾਡੀ ਜਿਹੜੀ ਗੁਜ਼ਾਰਿਸ਼ ਆ ਉਹ ਸਾਡੇ ਹਲਕੇ ਦੇ MLA ਸਾਹਿਬ। ਹਾਂ ਬਿਲਕੁਲ ਬਾਈ, ਬੋਲ ਕੇ ਦੁੱਖ ਨਹੀਂ ਦੱਸਿਆ ਜਾਂਦਾ ਹਨਾ, ਗੱਲ ਤਾਂ ਇਹ ਆ ਪਤਾ ਕੀ ਹੈ ਜਿਹੜਾ ਕੋਈ ਵੀ ਹੁਣ ਸਾਡੇ ਪਿੱਛੇ ਦੀ ਗੱਲ ਹੈ, ਇਸ ਨੌਜਵਾਨ ਪਿੱਛੇ ਨਹੀਂ
ਜੇ ਉੱਥੇ ਆਪਾਂ ਵੀ ਹੋਈਏ ਆਪਾਂ ਉਹਦੀ ਜਗ੍ਹਾ 'ਤੇ ਰੱਖ ਕੇ ਦੇਖਦੇ ਹਾਂ ਹੈ ਨਾ। ਅੱਜ ਜੇ ਅਸੀਂ ਖੜ੍ਹੇ ਹਾਂ ਤਾਂ ਸਾਨੂੰ ਪਤਾ ਵੀ ਇਹ ਜਿਹੜਾ ਇਹ ਕੰਮ ਹੈਗਾ ਕਿੰਨਾ ਮੰਨ ਲਓ ਬੰਦਾ ਔਖਾ ਹੋ ਕੇ ਇਹ ਚੀਜ਼ ਕਿੰਨੀ ਆਉਂਦਾ ਹੈਗਾ। ਮੰਨ ਲਓ ਇੱਕ ਤਰ੍ਹਾਂ ਦਾ ਯਾਰ ਮਰ ਕੇ ਇਹ ਕੰਮ ਕਰਦਾ ਬੰਦਾ, ਕਿਉਂਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਆ ਇੱਕ ਤਰ੍ਹਾਂ ਦਾ ਪਰਿਵਾਰ ਬਣ ਜਾਂਦਾ ਹੈ ਨਾ, ਇੱਕ ਤਰ੍ਹਾਂ ਦਾ ਪਰਿਵਾਰ ਹੈ। ਗੱਲ ਇਹ ਹੈ ਤੁਸੀਂ ਇਹ ਦੇਖੋ ਵੀ ਇਹ ਇੱਕ ਮੁਰਗਾ ਨਹੀਂ ਗਾ, ਇਹਨਾਂ ਨੂੰ ਅਸੀਂ ਜਦੋਂ ਆਉਂਦਾ ਨਾ ਇਹ ਉਹ ਵੀ ਅੱਧੇ ਘੰਟੇ ਬਾਅਦ ਇੱਥੇ ਪਹੁੰਚਦਾ ਕਰ ਦਿੰਦੇ ਆ, ਘੰਟੇ ਬਾਅਦ ਤੰਗ ਪਾਲਣੇ ਪੈਂਦੇ ਆ। ਬਿਲਕੁਲ ਪਰਿਵਾਰ ਸੀ ਇੱਕ ਤਰ੍ਹਾਂ ਦਾ, ਮੰਨ ਲਓ ਵੀ ਬਹੁਤ ਇਹਦੇ ਨਾਲ ਛੋਟੇ ਹੁੰਦੇ ਤੋਂ ਲੈ ਕੇ 2 ਕਿਲੋ 2.5 ਕਿਲੋ ਦਾ ਹੋਊਗਾ ਜਦੋਂ ਫਸਲ ਪੱਕਣ ਤੇ ਆਈ ਉਦੋਂ ਨੂੰ ਇਹ ਮਾਰ ਪੈ ਗਿਆ ਨਾ, ਬਹੁਤ ਔਖਾ। ਫਿਰ ਵੀ ਬਾਈ ਦਾ ਜਿਗਰਾ ਜਿਹੜਾ ਇੱਥੇ ਪਹੁੰਚ ਕੇ ਨਾ, ਕੋਈ ਲੋਨ ਲੈਣ ਲਿਆ ਸੀ ਤਾਂ ਕੀ ਕਿਸ਼ਤਾਂ ਰਹਿੰਦੀਆਂ ਕੋਈ? ਬਾਈ ਜੀ ਇਹਦਾ ਕੋਈ ਲੋਨ ਸਰਕਾਰ ਸਾਨੂੰ ਨਹੀਂ ਦਿੰਦੀ। ਅੱਛਾ, ਨਾ ਅੱਜ ਤੋਂ ਪਹਿਲਾਂ ਕੋਈ ਇਹਦਾ ਮਿਲਦਾ, ਕੋਈ ਇਹਦੀ ਸਬਸਿਡੀ ਨਹੀਂ ਹੁੰਦੀ, ਇਹ ਬੰਦੇ ਨੂੰ ਖੁਦ ਆਪਦੇ ਤੌਰ ਤੇ ਕਰਨਾ ਆਪਦੇ ਕਰਜ਼ਾ ਲੱਗ। ਪਰ ਹੁਣ ਸੁਣਿਆ ਵੀ ਹਾਂ ਵੀ ਲੋਨ ਵਗੈਰਾ ਹੁੰਦਾ ਹੈਗਾ, ਵੀ ਇੱਕ ਸ਼ਾਇਦ ਮੇਰੇ ਸੁਣਨ 'ਚ ਆਇਆ ਹੈਗਾ ਕਿ ਕਿਸੇ ਨੇ ਲੋਨ ਵਗੈਰਾ ਕਰਾਇਆ, ਉਹ ਅਸੀਂ ਦੇਖਾਂਗੇ ਵੀ ਹਾਂ। ਪਰ ਉਹ ਬਾਈ ਖੜ੍ਹੇ 'ਤੇ ਲੋਨ ਹੋਣਾ ਹੁਣ ਕਾਹਦਾ ਹੋਣਾ, ਕਿਉਂਕਿ ਇਹ ਤਾਂ ਟਾਇਟ ਹੀ ਹੋ ਗਿਆ। ਅਤੇ ਪਰ ਬਣਨਾ ਚਾਹੀਦਾ ਕੋਈ ਇਹਦੇ 'ਤੇ ਕੋਈ ਬੀਮਾ ਵਗੈਰਾ ਹੋਣਾ ਚਾਹੀਦਾ, ਜਾਂ ਕੋਈ ਜਿਹੜੇ ਕੋਈ ਲੋਨ ਵਗੈਰਾ ਸਰਕਾਰ ਨੂੰ ਦੇਣੇ ਚਾਹੀਦੇ ਆ, ਵੀ ਜਿਹੜਾ ਕੋਈ ਜੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਉਹਦੀ ਭਰਵਾਈ ਕੀਤੀ ਜਾ ਸਕੇ। ਇੱਕ ਵਾਰ ਅਸੀਂ ਤਾਂ ਫਿਰ ਇਹੀ ਬੇਨਤੀ ਕਰਦੇ ਹਾਂ ਭਗਵੰਤ ਮਾਨ ਸਰਕਾਰ ਨੂੰ ਵੀ ਸਹਾਇਕ ਧੰਦਿਆਂ ਬਾਰੇ ਤੁਸੀਂ ਬੋਲਦੇ ਹੈ, ਸਾਨੂੰ ਬੇਨਤੀ ਹੈਗੀ ਤੁਹਾਨੂੰ ਹੱਥ ਜੋੜ ਕੇ ਤੁਸੀਂ ਸਰਕਾਰ 'ਚੋਂ ਵੀ ਜ਼ਿਮੀਂਦਾਰਾਂ ਸਿਸਟਮ ਦੇ ਨਾਲ ਨਾਲ ਇਹ ਚੀਜ਼ ਨੂੰ ਵੀ ਜਿਹੜਾ ਤੁਸੀਂ ਮੁੱਢਲੀ ਤੌਰ 'ਤੇ ਸਾਥ ਦਿਓ। ਨੌਜਵਾਨ ਦੇਖੋ ਬੋਲ ਕੇ ਨਹੀਂ ਦੱਸ ਸਕਦਾ, ਭਾਵਕ ਹੋ ਕੇ ਉਹਨੇ ਸਾਰਾ ਕੁਝ ਦੱਸਤਾ ਬਿਆਨ ਕਰਤਾ ਕਿ ਇਹ ਦੁੱਖ ਕਿੱਡਾ ਹੈ, ਅਤੇ ਅੱਜ ਕਹਿਰ ਦੀ ਹਨੇਰੀ ਜਿਹੜੀ ਉੱਤੋਂ ਨੰਗੀ ਹੈ ਕੱਲ੍ਹ, ਅਤੇ ਇਹਦੇ ਉੱਨਾ ਚਿਰ ਉੱਤੇ ਰਹਿਣੀ ਹੈ ਜਿੰਨਾ ਚਿਰ ਇਹ ਦੁਬਾਰੇ ਖੜ੍ਹਾਂਗੇ। ਬਿਲਕੁਲ, ਇੱਕ ਬਾਈ ਮੇਰੇ ਹਿਸਾਬ 'ਚ ਪੰਜਾਬੀ ਭਰਾਵਾਂ ਨੂੰ ਵੀ ਹੈ ਨਾ ਆਪਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਵੀ ਸਾਥ ਦੇਣਾ ਚਾਹੀਦਾ, ਆਪਾਂ ਹਰ ਵੇਲੇ ਸਾਥ ਦਿੰਦੇ ਹਾਂ ਦੁੱਖ ਦੇ ਵਿੱਚ। ਆਪਾਂ ਜਿਹੜਾ ਆਪਣਾ ਸਿੱਖੀ ਸਿਧਾਂਤ ਦਾ ਜਿਹੜਾ ਹੈਗਾ ਗਾ ਉਹ ਇਹੀ ਹੈ ਵੀ ਹਾਦਾ ਨਾਦਾ ਮਾਰਨਾ ਅਤੇ ਨਾਲ ਖੜ੍ਹਨਾ, ਅੱਜ ਇਹਨੂੰ ਆਰਥਿਕ ਤੌਰ 'ਤੇ ਲੋੜ ਹੈ, ਅਤੇ ਅਸੀਂ ਹਰ ਇੱਕ ਉਸ ਭਰਾ ਨੂੰ ਜਿਹੜਾ ਮਦਦ ਕਰਦਾ ਜਾਂ ਸਮਾਜ ਸੇਵੀ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ ਵੀ ਇਹਦਾ ਦੁਬਾਰੇ ਆਪਾਂ ਖੜ੍ਹਾ ਕਰ ਸਕੀਏ, ਸਾਰੇ ਭਰਾਵਾਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਕੋਈ ਵੀ ਅਦਾਰਾ ਹੈਗਾ ਵੀ ਅੱਜ ਇਹ ਭਰਾ ਨੂੰ ਲੋੜ ਹੈ, ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਦੀ ਉਂਗਲ ਨਹੀਂ ਅੱਜ ਬਾਂਹ ਫੜਨ ਦੀ ਲੋੜ ਹੈ, ਇਹਨੂੰ ਖੜ੍ਹਾ ਕਰਨ ਦੀ ਲੋੜ ਹੈ। ਇੰਨੀਆਂ ਬੇਨਤੀ। ਠੀਕ ਹੈ।